श्री गुरु गोबिंद सिंह जी की लसानी कुरबानी परिवार विछोड़े ते चार साहिबजादियां सिंघां दी शहीदी नूं समर्पित मनाए जांदे सालाना शहीदी पंद्रवाड़ा जोड़ मेले की आरंभता गुरुद्वारा श्री भट्ठा साहिब विखे विशाल नगर कीर्तन दे नाल होई। जी हाँ, तुहानूं दस दईए कि शहीदी पंद्रवाड़े दे पहले दिन वड्डी गिणती दे विच संगतां शहीदां नूं शरधांजलि देण दे लई गुरुद्वारा श्री भट्ठा साहिब विखे नतमस्तक होईआं। इस मौके वख-वख पिंडां दीआं सेवा सोसाइटियां ते गुरुद्वारा प्रबंधक कमेटी दे वल्लों गुरु दे अतुट लंगर वी लगाए गए जो लगातार तीन दिनां तक जारी रहणगे। रूपनगर तो सज्जन सिंह सैनी दी जीरो लाइन टीवी दे लई रिपोर्ट। ਹਾਂਜੀ ਮਨੇਰ ਸਾਹਿਬ, ਕੀ ਨਾਮ ਹੈ ਅਤੇ ਕੱਲ੍ਹ ਦੇ ਕੀ ਜਿਹੜੇ ਹੈਗੇ ਸਮਾਗਮਾਂ ਦੀ ਕੀ ਤਿਆਰੀਆਂ ਹੈਗੀਆਂ, ਕੀ ਇੰਤਜ਼ਾਮ ਹੈਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਲਾਨਾ ਜੋੜ ਮੇਲੇ ਦਾ ਪਹਿਲਾ ਦਿਨ ਗੁਰਦੁਆਰਾ ਸ੍ਰੀ ਸਦਾ ਵਰਤ ਰੋਪੜ ਤੋਂ ਨਗਰ ਕੀਰਤਨ ਸਵੇਰੇ ਆਰੰਭ ਹੋਇਆ, ਜੋ ਕਿ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਭੱਠਾ ਸਾਹਿਬ ਵਿਖੇ ਪਹੁੰਚੇਗਾ ਅਤੇ ਅੱਜ 16 ਤਰੀਕ ਨੂੰ ਗੁਰਦੁਆਰਾ ਭੱਠਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਗਏ ਹਨ, ਜਿਨ੍ਹਾਂ ਦੇ ਭੋਗ 18 ਤਰੀਕ ਨੂੰ ਪਵੇਗੇ ਜੀ। ਅਤੇ ਪ੍ਰਬੰਧ ਕਿਸ ਤਰ੍ਹਾਂ ਦੇ ਮਨੇਰ ਸਾਹਿਬ, ਰਹਿਣ ਦੇ, ਖਾਣ ਪੀਣ ਦੇ, ਲੰਗਰਾਂ ਦੇ ਕੀ ਕੀ ਪ੍ਰਬੰਧ? ਅਤੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਗੁਰਦੁਆਰਾ ਭੱਠਾ ਸਾਹਿਬ ਅਤੇ ਇਲਾਕੇ ਦੀਆਂ ਜਥੇਬੰਦੀਆਂ ਸਮੂਹ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਹੈ, ਜਿਨ੍ਹਾਂ ਵਿੱਚ ਕੋਟਲਾ ਨਿਹੰਗ ਅਤੇ ਪਿੰਡ ਗਰੇਵਾਲ ਦੀ ਸੰਗਤ, ਮਾਜਰੀ ਜੱਟਾਂ ਦੀ ਸੰਗਤ ਅਤੇ ਹੋਰ ਕਈ ਜਥੇਬੰਦੀਆਂ ਵੱਲੋਂ ਵੀ ਲੰਗਰ ਲਗਾਏ ਗਏ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਗਰੜੀ ਘਰ, ਜੋੜਾ ਘਰ ਅਤੇ ਲੰਗਰਾਂ ਆਪਣੇ ਬਾਹਰੋਂ ਆਈਆਂ ਸੰਗਤਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਜੀ। ਮੇਰ ਸਾਹਿਬ, ਕੱਲ੍ਹ ਦੇ ਕੀ ਪ੍ਰੋਗਰਾਮ ਰਹਿਣਗੇ? ਕਿਹੜੀਆਂ ਚਕਜੀਤਾਂ ਪਹੁੰਚਦੀਆਂ ਅੰਮ੍ਰਿਤਸਰ ਤੋਂ ਜਾਂ ਕਿਹੜੇ ਪ੍ਰਮੁੱਖ ਜਥੇਦਾਰ ਸਾਹਿਬ ਪਹੁੰਚੇ? ਅਤੇ ਉਸ ਦੇ ਸੰਬੰਧ ਵਿੱਚ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚ ਰਹੇ ਹੈ ਅਤੇ ਡਾਕਟਰ ਦਲੀਪ ਸਿੰਘ ਜੀ ਚੀਮਾ ਅਤੇ ਹੋਰ ਇਲਾਕੇ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਹੋਰ ਵੱਡੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਹਨ। ਹਾਂਜੀ ਬਾਬਾ ਜੀ, ਕੀ ਨਾਮ ਹੈ ਅਤੇ ਅੱਜ ਸਮਾਪਤ ਜਿਹੜੀ ਆਰੰਭਤਾ ਕਿਵੇਂ ਹੋਈ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲ ਜੀ ਦਾ ਪਹਿਲਾ ਦਿਨ ਹੈ ਅਤੇ ਗੁਰੂਗੜ੍ਹ ਸਦਾ ਵਰਤ ਵਿਖੇ ਤੋਂ ਨਗਰ ਕੀਰਤਨ ਦੀ ਆਰੰਭਤਾ ਪੰਜ ਪਿਆਰੇ ਅਤੇ ਨਿਸ਼ਾਨਚੀ ਸਾਹਿਬਾਨ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਵੇਰੇ ਆਰੰਭ ਕਰੇ ਆ ਅਤੇ ਇਸ ਵੇਲੇ ਆਪਾਂ ਰੋਪੜ ਸ਼ਹਿਰ ਦੇ ਵਿੱਚ ਸੰਗਤਾਂ ਦਰਸ਼ਨ ਕਰ ਰਹੀਆਂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨੂੰ ਯਾਦ ਕਰਦੇ ਹਾਂ, ਭਾਵੁਕ ਹੋ ਰਹੀਆਂ, ਕਿਉਂਕਿ ਗੁਰੂ ਸਾਹਿਬ ਜੀ ਦੇ ਪਰਿਵਾਰ ਉਹਨਾਂ ਦੇ ਖਾਲਸੇ ਨੇ ਜੋ ਬਹੁਤ ਸਾਰੇ ਤਸੀਹੇ ਸਮੇਂ ਦੀਆਂ ਹਕੂਮਤਾਂ ਦੇ ਕਰਕੇ ਸਹੇ ਸਨ, ਉਹਨਾਂ ਨੂੰ ਸੱਚ ਦੇ ਮਾਰਗ 'ਤੇ ਯਾਦ ਕਰਦੀਆਂ ਸੰਗਤਾਂ ਆਪਣੀ ਸ਼ਰਧਾ ਭੇਟ ਇਸ ਨਗਰ ਕੀਰਤਨ ਵਿੱਚ ਕਰ ਰਹੀਆਂ ਹਨ। 16, 17, 18 ਨੂੰ ਇਹ ਦੀਵਾਨ ਚੱਲਣੇ ਹਨ। ਆਓ ਜਿਨ੍ਹਾਂ ਵਿੱਚ ਰਲ ਮਿਲ ਕੇ ਆਪਾਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਪੰਥ ਨਾਲ ਜੁੜ ਕੇ ਆਪਣਾ ਜਨਮ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਮੇਲ ਆਪਾਂ ਗੁਰੂ ਮਹਾਰਾਜ ਦੇ, ਇਹ ਸਾਰਾ ਹੀ ਪੰਦਰਵਾੜੇ ਦੇ ਰੂਪ ਵਿੱਚ ਆਪਾਂ ਬਰਾਗਮਈ ਮਨਾ ਰਹੇ ਹਾਂ ਅਤੇ ਨੌਜਵਾਨ ਵੀਰਾਂ ਨੂੰ, ਬੱਚਿਆਂ ਨੂੰ ਬੇਨਤੀਆਂ ਸਾਡੀਆਂ ਕਿ ਆਪਾਂ ਸਾਦਗੀ ਨਾਲ ਹੁੱਲੜਬਾਜ਼ੀ ਨਾ ਕਰੀਏ, ਬੁਲਟ ਮੋਟਰਾਂ ਸਾਈਕਲਾਂ ਦੇ ਨਾਲ ਜਾਂ ਕਿਸੇ ਹੋਰ ਹੋਰਨਾਂ ਦੇ ਨਾਲ ਸੰਗਤਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ ਅਤੇ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਰੱਖ ਕੇ ਬਹੁਤ ਸਾਦਗੀ ਨਾਲ ਇਹ ਸਮਾਗਮ ਆਪਾਂ ਨੂੰ ਮਨਾਉਣੇ ਚਾਹੀਦੇ ਹਨ। ਬਹੁਤ ਸਾਦੇ ਢੰਗ ਨਾਲ ਤੁਰ ਕੇ ਆਪਾਂ ਨੂੰ ਨਗਰ ਕੀਰਤਨਾਂ ਨਾਲ ਜਾਂ ਸਤਿਗੁਰੂ ਮਹਾਰਾਜ ਦੇ ਵਿਚਾਰ ਦੀਵਾਨਾਂ ਵਿੱਚ ਜਾ ਕੇ ਆਪਾਂ ਨੂੰ ਹੋਰ ਇਤਿਹਾਸ ਸੁਣਨਾ ਚਾਹੀਦਾ ਹੈ।